ਕਿਉਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋ ਹੇ ਤਾਂ ਇੱਕ ਨਾ ਚੱਲੈ ਨਾਲ ਕੇਵ ਸਚਿਆਰਾ ਹੋਈਐ ਕੇਵ ਕੂੜਾ ਤੁੱਟੈ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀ ਸਿੱਖ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਣ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥਰਾ ਕਥੀ ਨਾ ਆਵੈ ਤੋਟ ਕਾਥੇ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਵ ਅਪਾਰ ਆਖੈ ਮੰਗੈ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਐ ਜਿਤ ਦੁਸੈ ਦਰਬਾਰ ਮੁਹਾਉ ਕੇ ਬੋਲਣ ਬੋਲੀ ਐ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਆ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨੋ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾਏ ਕੁਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਹਾਏ ਕਰੀ ਜੇਤੀ ਸੇਠੋ ਪਾਈ ਵੇਖਾ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ
ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਆਂ ਨਾਲ ਚਲੈ ਸਭ ਕੋਏ ਚੰਗਾ ਨਾਮ ਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਤਰੇ ਨਾਨਕ ਨਿਰਗੁਣੇ ਗੁਣ ਕਰੇ ਗੁਣਵੰਤਿਆਂ ਗੁਣ ਦੇ ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸੁਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਹੋ ਸੁਣਿਆ ਦੂਖ ਪਾਪ ਕਾ ਨਾਸ ਹੋ ਸੁਣਿਆ ਈਸ਼ਵਰ ਵਰਮਾ ਇੰਦੋ ਸੁਣਿਆ ਮੁਖਸਾ ਲਾਹਣ ਮਨ ਦੋ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਹੋ ਸੁਣਿਆ ਦੂਖ ਪਾਪ ਕਾ ਨਾਸ ਹੋ ਸੁਣਿਆ ਸਤ ਸੰਤੋਖ ਗਿਆਨ ਹੋ ਸੁਣਿਆ ਅਠ ਸੜਕਾ ਇਸਨਾਨ ਹੋ ਸੁਣਿਆ ਪੜ ਪੜ ਭਾਵ ਹੈ ਮਾਨ ਸੁਣਿਆ ਲਾਗੈ ਸਹਿਜ ਧਿਆਨ ਹੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਥ ਹੋਵੈ ਅਸਗਾਹ ਨਾਨਕ ਭਗਤਾਂ ਸਦਾ ਵਿਗਾਸ ਹੋ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਾਗਦ ਕਲਮ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਹੈ ਮੰਨੈ ਸਗਲ ਭੁਣ ਕੀ ਸੁਧ ਹੈ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸਿਓ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨੈ ਪਾਵ ਹੈ ਮੋਖ ਦੁਆਰ ਮੰਨੈ ਪਰਵਾਰ ਹੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਪੰਜ ਪ੍ਰਮਾਣ ਪੰਜ ਪ੍ਰਧਾਨ ਪੰਚੇ ਪਾਵ ਹੈ ਦਰਗਹਿ ਮਾਨ ਪੰਚੇ ਸੋਹੈ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਿਆ ਕਾ ਪੂਤ ਸੰਤੋਖ ਤਾਪ ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਧਵਲੈ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰਤ ਲੈ ਕਵਣ ਜੋਰ ਜੀ ਜਾਤ ਨੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਹੇ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਆ ਰੂਪ ਕੇਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਇਸ ਤੇ ਹੋਏ ਲੱਖ ਦਰੀ ਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮਹ ਭਗਸਾਰ ਅਸੰਖ ਮੌਨ ਲੇ ਵਿਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵੈ ਏਕ ਵਾਰ ਜੋ ਤੁਧ ਭਾਵੈ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜੇ ਫਰਮਾਏ ਤਿਵ ਤੇ ਪਾਹੇ ਜੇ ਤਾਂ ਕੀਤਾ ਤੇ ਤਾਂ ਨਾ ਹੋ ਵਿਣ ਨਾ ਵੈ ਨਾ ਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ।
ਭਰੀਆ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰੋ ਸੋਖੇ ਹੈ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਆ ਮਤ ਪਾਪਾਂ ਕਾ ਸੰਗ, ਉਹ ਧੋਪੈ ਨਾਵੈ ਕੈ ਰੰਗੇ, ਪੁੰਨੀ ਪਾਪੀ ਆਖਣ ਨਾਹ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰਥ ਤਪ ਦਇਆ ਦਤ ਦਾਨੋ, ਜੇ ਕੋ ਪਾਵੈ ਤਿਲ ਕਾ ਮਾਨੋ, ਸੁਣਿਆ ਮੰਨਿਆ ਮਨ ਕੀਤਾ ਪਾਉ, ਅੰਤਰਗਤ ਤੀਰਥ ਮਲ ਨਹਾਉ, ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਵਕਤ ਕਵਣ, ਕਵਣ ਥਿੱਤੇ ਕਵਣ ਵਾਰੋ, ਕਵਣ ਸੇ ਰੁੱਤੀ ਮਾਹੋ, ਕਵਣ ਜਿਤ ਹੋਆ ਆਕਾਰੋ, ਵੇਲ ਨਾ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਣ, ਥਿਤ ਵਾਰ ਨਾ ਯੋਗੀ ਜਾਣੈ, ਰੁੱਤ ਮਾਹੋ ਨਾ ਕੋਈ, ਜਾ ਕਰਤਾ ਸੇਠੀ ਕਉ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾਂ ਕਿਵ ਸਲਾਹੀ, ਕਿਉ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ, ਨਾਨਕ ਜੇ ਕੋ ਆਪਾਉ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ, ਆਗਾਸ ਆਇਆ ਆਗਾਸ, ਓੜ ਕੋੜ ਭਾਲ ਥੱਕੇ, ਵੇਦ ਕਹਿਣ ਇੱਕ ਵਾਤ, ਸਹਸ ਅਠਾਰਹ ਕਹਿਣ ਕਿਤੇਬਾ, ਅਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਵਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾਹੀ ਸਾਲਾਹੀ ਇਤੀ ਸੁਰਤ ਨਾ ਪਾਈਆ, ਨਦੀਆਂ ਤੈ ਵਾਹ ਪਵੈ ਸਮੁੰਦ ਨਾ ਜਾਣੀਆਂ ਹੈ, ਸਮੁੰਦ ਸਾਹ ਸੁਲਤਾਨ, ਗ੍ਰਹਿ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਹਾ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ, ਅੰਤ ਕਾਰਨ ਕੇਤੇ ਬਿਲਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ, ਇਹੋ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ, ਇਹ ਵੜ ਉੱਚਾ ਹੋਵੈ ਕੋਏ, ਤਿਸ ਉੱਚੇ ਕਹੋ ਜਾਣੈ ਸੋਏ, ਜੇ ਵੜ ਆਪ ਜਾਣੈ ਆਪੇ, ਨਾਨਕ ਨਦਰੀ ਕਰਮੀ ਦਾਤੇ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤੇਲ ਨਾ ਤਮਾਏ, ਕੇਤੇ ਮੰਗੈ ਜੋਗ ਦਾ ਪਾਰ, ਕੇਤਿਆ ਗਣਤ ਨਹੀਂ ਵਿਚਾਰ, ਕੇਤੇ ਖਪ ਟੁੱਟੈ ਬੇਕਾਰ, ਕੇਤੇ ਲੈ ਲੈ ਮੁੱਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ, ਕੇਤਿਆ ਦੁਖ ਭੂਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ, ਜੇ ਕੋ ਖਾਏ ਕੋ ਆਖਣ ਪਾਏ, ਉਹ ਜਾਣੈ ਜੇਤੀਆਂ ਮੋਏ ਖਾਏ, ਆਪੇ ਜਾਣੈ ਆਪੇ ਦੇਹ, ਆਖੈ ਸੇ ਪੇ ਕੇਈ ਕੇ, ਜਿਸ ਨੋ ਬਖਸੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਮੁੱਲ ਲੈ ਜਾਹ, ਅਮੁੱਲ ਪਾਏ ਮੁੱਲ ਅਸਮਾਹੇ, ਅਮੁੱਲ ਧਰਮ ਮੁੱਲ ਦੀਵਾਣ, ਅਮੁੱਲ ਤੁਲ ਅਮੁੱਲ ਪ੍ਰਵਾਣ, ਅਮੁੱਲ ਬਖਸ਼ੀਸ ਮੁੱਲ ਨੀਸਾਣ, ਅਮੁੱਲ ਕਰਮ ਅਮੁੱਲ ਫੁਰਮਾਣ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵ ਲਾਏ, ਆਖੈ ਵੇਦ ਪਾਠ ਪੁਰਾਣ, ਆਖੈ ਪੜ੍ਹੇ ਕਰਹਿ ਵਖਿਆਣ, ਆਖੈ ਬਰਮੇ ਆਖੈ ਇੰਦ, ਆਖੈ ਗੋਪੀ ਤੈ ਗੋਬਿੰਦ, ਆਖੈ ਈਸ਼ਰ ਆਖੈ ਸਿੱਧ, ਆਖੈ ਕੇਤੇ ਕੀਤੇ ਬੁੱਧ, ਆਖੈ ਦਾਨਵ ਆਖੈ ਦੇਵ, ਆਖੈ ਸੁਰ ਨਰ ਮੁਨ ਜਨ ਸੇਵ, ਕੇਤੇ ਆਖੈ ਆਖਣ ਪਾਹੇ, ਕੇਤੇ ਕਹਿ ਕਹਿ ਉਠ ਉਠ ਜਾਹੇ, ਕੇਤੇ ਕੀਤੇ ਹੋਰ ਕਰੇਹ, ਤਾਖ ਨਾ ਸਕੈ ਕੇਈ ਕੇ, ਜੇਵੜ ਪਾਵੈ ਤੇਵੜ ਹੋਏ, ਨਾਨਕ ਜਾਣੈ ਸੱਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰਾ ਗਾ ਵਾਰ, ਸੋ ਦਾਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦਾਂ ਨੇਕ ਅਸੰਖਾ, ਕੇਤੇ ਵਾਵਣ ਹਾਰੇ, ਕੇਤੇ ਰਾਗ ਭਰੀ ਸਿਉ ਕਈਨ, ਕੇਤੇ ਗਾਵਣ ਹਾਰੇ, ਗਾਵੈ ਤੋਨੋ ਪੌਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿੱਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ,
ਗਾਵੈ ਈਸ਼ਰ ਬਰਮਾ ਦੇਵੀ ਸੋਨ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੈ ਜੋਧ ਮਹਾਂ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧਨੋ ਗਾਵੈ ਜੋਤ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰੁਜਾਈ ਮੁੰਦਾ ਸੰਤੋਖ ਸਰਮਪਦ ਝੋਲੀ ਧਿਆਨ ਕੀ ਕਰੈ ਵਿਭੂਤ ਚਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੋਇ ਕਾਰ ਚਲਾਵੈ ਲੇਖੇ ਆਵੈ ਭਾਗ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵਤ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼ ਇੱਕ ਦੂਜੀ ਬਹੁ ਲੱਖ ਹੋਹੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼ ਇਹ ਤੁਰਾਹੇ ਪਤ ਪਵੜੀਆ ਚੜੀਆ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਣ ਨਦਰੀ ਕਰਮ ਪਵੈ ਨੀਸਾਣ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਕੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਦਾ ਕੀ ਸੁਧ
ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਮਾਹੇ, ਤਾ ਕੇ ਰੂਪ ਨਾ ਕਥਨੇ ਜਾਹੇ, ਨਾ ਓਹੇ ਮਰਹਿ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥੈ ਭਗਤ ਵਸੈ ਕੇ ਲੋ, ਕਰੈ ਆਨੰਦ ਸੱਚਾ ਮਨ ਸੋਏ, ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋ ਅਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ, ਜਾਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਪਾਉ ਖੱਲਾ ਅਗਨ ਤਪਤਾਓ, ਭਾਂਡਾ ਪਾਉ ਅੰਮ੍ਰਿਤੋ ਤਿਤਾਲ, ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਕਲ ਜਗਤ, ਚੰਗੇ ਆਈਆ ਬੁਰੇ ਆਈਆ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਬਿਹਾਰੀ ਜੀ, ਮੈਂ ਕਿਆ ਮਾਂਗੂੰ ਕੁਛ ਫਿਰ ਨਾ ਰਹਾ, ਹਰ ਦੀ ਜੈ ਨਾਮ ਪਿਆਰੀ ਜੀਓ, ਤੂੰ ਪ੍ਰਭ ਦਾ ਸ਼ਬਦੀ ਦੇਖ ਹਾਰੀ ਜੀਓ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਪਿਆਲ ਆਕਾਸ਼ ਦਿਖਾਓ, ਗੁਰ ਸਤਿਗੁਰੂ ਪੀਰ ਪਤਾਰੀ ਜੀਓ, ਸੋ ਬ੍ਰਹਮ ਗਜੋਨੀ ਹੋਣੀ, ਕਟ ਪੀਤਰ ਦੇਖ ਮੁਰਾਰੀ ਜੀਓ, ਮੈਂ ਕਿਆ ਮਾਂ
ਕਿਛ ਥਿਰ ਨਾ ਰਹਾਈ ਹਰਦੀ ਜੇ ਨਾ ਪਿਆਰੀ ਜੀਓ ਜਨਮ ਮਰਨ ਕੋ ਇਹ ਜਗ ਬਪੋੜੋ ਇਨ ਦੂਜੇ ਭਗਤ ਵਿਸਾਰੀ ਜੀਓ ਸਤਿਗੁਰੂ ਮਿਲੇ ਤਾਂ ਗੁਰਮਤਿ ਪਾਈਏ ਸਾਖਤ ਬਾਜੀ ਹਰੀ ਜੀਓ ਮੈਂ ਮੈਂ ਕਿਆ ਮਾਂ ਕਿਛ ਫਿਰ ਨਾ ਰਹਾ ਹਰ ਦੀ ਜੇ ਨਾ ਪਿਆਰੀ ਜੀਓ ਸਤਨਾ ਸਤਿਗੁਰੂ ਬੰਧਨ ਤੋੜ ਨਿਰਾਰੇ ਬੋਹੜ ਨਗਰ ਮੰਜਰੀ ਜੀਓ ਨਾਨਕ ਗਿਆਨ ਰਤਨ ਬਰਗਾਸਿਆ ਹਰ ਮਨ ਬਸਿਆ ਨਿਰੰਕਾਰੀ ਕਿਛ ਥਿਰ ਨਾ ਰਹਾ ਹਰਦੀ ਜੇ ਨਾ ਪਿਆਰੀ ਜੀਓ ਤੂੰ ਪ੍ਰਭ ਦਾ
ਮਨ ਚੰਚਲਾ ਚਤੁਰਾਈ ਕਿਨੇ ਨ ਪਾਇਆ ਮੇਰਿਆ ਚਤੁਰਾਈ
ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਹਰ ਸਿ ਬੋਲੀਏ ਧੰਨ ਗੁਰੂ ਨਾਨਕ। ਸਹਿਸ ਸਿਆਣਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ, ਇੱਕ ਚਤੁਰਾਈ ਨਹੀਂ ਹਜ਼ਾਰੋਂ ਨਹੀਂ ਲੱਖੋਂ ਚਤੁਰਾਈਆਂ ਕਰ ਲੈ।
प्रभु से उतना ही दूर होता जाएगा, पा नहीं पाएगा। प्यार से बोलिए, धन गुरु नानक। एक भी चतुराई तेरे काम नहीं आएगी, उल्टा तुझे गुरु से दूर कर देगी। प्यार से बोलिए, धन गुरु नानक। हजारों नहीं लाखों सियाणपे प्रभु को पाने के लिए, सियाणप नहीं प्रभु को पाने के लिए भोलापन चाहिए। प्यार से बोलिए, धन गुरु नानक। समर्पण चाहिए, विनम्रता चाहिए, भरोसा चाहिए। प्यार से बोलिए, धन गुरु नानक। लोगों में ये गलत फहमी हो गई और आज भी है, पहले भी थी, उस समय भी, कि किताबें पढ़ पढ़ के ज्ञान इकट्ठा कर लो प्रभु की प्राप्ति हो जाएगी। प्यार से बोलिए, धन गुरु नानक। कि ज्ञान ही सब कुछ है। आज भी कई कहते हैं कि ज्ञान ही सब कुछ है, ज्ञान, दिमाग खुल जाए। प्यार से बोलिए, धन गुरु नानक। वाणी कहती है, ज्ञान ध्यान किछ कर्म न जाना, सार न जाना तेरी। ना ज्ञान से ना ध्यान से तेरी सार नहीं पाई जा सकती। कोई भी कर्म कर लो, हे गुरु नानक, तेरी सार में नहीं पा सकता। सब ते वड्डा सतगुरु नानक, जिन कल राखी मेरी। प्यार से बोलिए, धन गुरु नानक। वो ज्ञान से परे है, वो ध्यान से परे है, वो कर्मों से परे है। उसे पाना है, उसका बन जा, उसे अपना बना ले। प्यार से बोलिए, धन गुरु नानक। उसे पाने का एक ही तरीका है, अरदास बेनती। ये वाहेगुरु तरस कर, कि जो भी सुन रहे हैं ज्ञान हासिल करके, सुनकर समझने की बात एक ही है, कि हृदय से ये पुकार निकल जाए। क्या जी, मैं तेरा 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 सच्चे बादशाह, रख ले गरीब जान के। जी मैं तेरा 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 सच्चे बादशाह, रख ले गरीब जान के। जी मैं तेरा 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 सच्चे बादशाह, रख ले गरीब जान के। बाबा जी निमाना जान के, बाबा जी निमाना जान के। रख लो बाबा जी निमाना जान के, बाबा जी निमाना जान के। जी मैं तेरा, सच्चे बादशाह, रख ले गरीब जान के। तेरा 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 सच्चे बादशाह, रख ले गरीब जान के। रख ले गरीब जान के, रख ले निमाना जान के। रख ले गरीब जान के,
ਰੱਖ ਲੈਨੀ ਮਾਣਾ ਜਾਨ ਕੇ, ਰੱਖ ਲੈ ਗਰੀਬ ਜਾਨ ਕੇ, ਰੱਖ ਲੈਨੀ ਮਾਣਾ ਜਾਨ ਕੇ। ਜੀ ਮੈਂ ਤੇਰਾ 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 ਸੱਚੇ ਪਾਤਸ਼ਾਹ, ਰੱਖ ਲੈ ਗਰੀਬ ਜਾਨ ਕੇ, ਸੱਚੇ ਪਾਤਸ਼ਾਹ, ਰੱਖ ਲੈ ਗਰੀਬ ਜਾਨ ਕੇ, ਤੇਰਾ 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 ਸੱਚੇ ਪਾਤਸ਼ਾਹ, ਰੱਖ ਲੈ ਗਰੀਬ ਜਾਨ ਕੇ। ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਹਮੇ ਏਕ ਸ਼ਲੋਕ ਯਾਦ ਨਹੀਂ ਹੋਤਾ, ਯਾਦ ਕਰਨੇ ਬੈਠੋ ਨਾ ਤੋ ਬਾਣੀ ਬੜੀ ਮੁਸ਼ਕਿਲ ਹੈ, ਕੰਠ ਕਰਨੀ ਬੜੀ ਮੁਸ਼ਕਿਲ ਹੋਤੀ ਹੈ। ਗੁਰੂ ਕੀ ਕਿਰਪਾ ਹੋ ਜਾਏ ਤੋ ਹੋ ਜਾਤੀ। ਏਕ ਸ਼ਲੋਕ ਛੋੜੋ, ਜਬ ਜੀ ਸਬ ਜੀ ਕੀ ਬਾਣੀ ਕੰਠ ਨਹੀਂ ਹੋਤੀ ਹਮ ਕੋ। ਚਾਰ ਵੇਦ ਪੂਰੇ ਕੰਠਸਥ ਬਹੁਤ ਬੜੇ ਹੋਤੇ ਹੈ, ਬਿਹਾਰ ਸੇ ਬੋਲੀਏ ਧੰਨ ਗੁਰੂ ਨਾਨਕ, ਹਜ਼ਾਰੋਂ ਸ਼ਲੋਕ ਹੈ ਉਸ ਪੂਰੇ ਕੰਠਸਥ, ਛੇ ਸ਼ਾਸਤਰ ਨੌ ਸਮ੍ਰਿਤੀਆਂ ਪੂਰੀ ਕੰਠਸਥ, ਬਿਹਾਰ ਸੇ ਬੋਲੀਏ ਧੰਨ ਗੁਰੂ ਨਾਨਕ, ਯਾਦ ਇਤਨਾ ਗਿਆਨ। ਅਕਸਲ ਮੈਂ ਬਹੁਤ ਲੋਕ ਨਾ ਐਸੇ ਹੀ ਕਹਿ ਦੇਤੇ, ਬਹੁਤ ਲੋਕ ਮੁਝੇ ਮਿਲਤੇ ਕਿ ਮੇਰੇ ਪਿਤਾ ਜੀ ਕੋ ਪੂਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਯਾਦ ਥਾ, ਮੇਰੇ ਦਾਦਾ ਜੀ ਕੋ ਗੁਰੂ ਗ੍ਰੰਥ ਸਾਹਿਬ ਜੀ ਯਾਦ ਥਾ, ਅਰੇ ਇੱਕ ਅੰਗ ਯਾਦ ਨਹੀਂ ਹੋ ਸਕਤਾ, ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਇਹ ਗਲਤ ਫਹਿਮੀ ਮੇ ਹੈ ਲੋਕ, ਜਿਹਨੇ ਪਤਾ ਨਹੀਂ ਜਿਹਨੇ ਗਿਆਨ ਨਹੀਂ ਉਹ ਇਹ ਬਾਤ ਕਰਤੇ ਹੈ। ਕੋਈ ਸਾਹਮਣੇ ਬੈਠ ਜਾਏ ਇੱਕ ਅੰਗ ਸ਼ੁੱਧ ਪੜ੍ਹ ਕੇ ਦਿਖਾ ਦੇ ਬਿਨਾਂ ਦੇਖ ਕੇ, ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਪਰ ਚਾਰ ਵੇਦ ਛੇ ਸ਼ਾਸਤਰ ਨੌ ਸਿਮਰਤੀਆਂ ਸਾਰੇ ਕੇ ਸਾਰੇ ਕੰਠਸਥ, ਇਤਨਾ ਗਿਆਨ ਇਤਨਾ ਮਹਾ ਗਿਆਨੀ, ਪਰ ਬਾਣੀ ਮੈਂ ਉਸੇ ਮੂਰਖ ਕਹਾ ਹੈ, ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਕਬੀਰ ਜੀ ਨੇ ਉਸੇ ਮੂਰਖ ਕਾ ਦਰਜਾ ਦਿਆ ਹੈ ਕਿ ਮੂਰਖ ਹੈ, ਕਿਉਂ? ਜਿਸ ਗਿਆਨ ਕੋ ਹਾਸਿਲ ਕਰਨੇ ਕੇ ਬਾਅਦ ਅਹੰਕਾਰ ਬੜ ਜਾਏ ਉਹ ਗਿਆਨ ਗਿਆਨ ਨਹੀਂ ਮੂਰਖਤਾ ਹੈ, ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਗਿਆਨ ਹਾਸਿਲ ਕਰਨੇ ਸੇ ਹੋਣਾ ਕਿਆ ਚਾਹੀਏ, ਵਿਨਮਰਤਾ ਆ ਜਾਏ, ਯਾ ਹੋ ਗਿਆ ਉਲਟਾ, ਆ ਗਿਆ ਅਹੰਕਾਰ। ਏਕ ਸਿਰ ਮੇ ਦਸ ਦਸ ਸਿਰੋਂ ਕਾ ਗਿਆਨ, ਏਕ ਸਿਰ ਮੇ, ਇਸੀ ਲਈ ਉਸੇ ਦਹਿ ਸਿਰ ਕਹਤੇ ਥੇ ਰਾਵਣ ਕੋ, ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਰਾਵਣ ਕੋ ਚਾਰ ਵੇਦ ਛੇ ਸ਼ਾਸਤਰ ਨੌ ਸਿਮ੍ਰਿਤੀਆਂ ਕੰਠਸਥ, ਇਤਨਾ ਗਿਆਨੀ ਮਹਾ ਗਿਆਨੀ, ਵਹਾਂ ਗਿਆਨੀਓ ਕਾ ਮਹਾ ਗਿਆਨੀ ਮਾਨਾ ਜਾਤਾ ਥਾ ਵੋ, ਪਰ ਇਤਨੇ ਗਿਆਨ ਕਾ ਇਤਨਾ ਅਹੰਕਾਰ ਹੋ ਗਿਆ ਉਸੇ। ਦਸ ਸਿਰ ਕਹਿਤੇ ਨਾ ਰਾਵਣ ਕੇ, ਦਸ ਸਿਰ ਥੇ ਨਹੀਂ ਅਸਲ ਮੇ, ਦਸ ਸਿਰੋਂ ਕਾ ਗਿਆਨ ਇੱਕ ਸਿਰ ਮੇ, ਦਸ ਮਹਾ ਗਿਆਨੀ ਕਾ ਗਿਆਨ, ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ। ਪਰ ਬਾਣੀ ਮੈਂ ਉਸੇ ਮੂਰਖ ਕਾ ਦਰਜਾ ਦਿਆ, ਪਿਆਰ ਸੇ ਬੋਲੀਏ ਧੰਨ ਗੁਰੂ ਨਾਨਕ, ਕਿਉਂ? ਬਾਣੀ ਕਹਿਤੀ ਹੈ, ਸਰਵਨ ਕੀਜੀਏ, ਪਾਤਸ਼ਾਹ ਕਹਿ ਰਹੇ। ਪੜਿਆ ਮੂਰਖ ਆਖੀਐ, ਪੜਿਆ ਮੂਰਖ ਆਖੀਐ, ਜਿਸ ਲਭ ਲੋਭ ਅਹੰਕਾਰਾ, ਜਿਸ ਲਭ ਲੋਭ ਅਹੰਕਾਰਾ, ਹਰ ਸੇ ਬੋਲੀਏ ਧੰਨ ਗੁਰੂ ਨਾਨਕ।
लब लोभ अहंकारा लब कहते हैं वासना को, शरीर की वासना। प्यार से बोलिए धन गुरु नानक। जिसके मन में पराय स्त्री का संग चलता रहे, लब लोभ लालच चलता रहे, अहंकारा, प्यार से बोलिए धन गुरु नानक, वो मूर्ख है, वो पढ़ा लिखा नहीं है। चाहे कितना भी ज्ञानी हो, क्योंकि गुरु नानक पाशा सिद्धों को समझा रहे हैं, सारी सृष्टि को समझा रहे हैं, सहस से अनपा लख हो है ता इक ना चले नाल, कि जितना मर्जी ज्ञान हासिल कर ले पर अगर तेरे में अहंकार आ गया तो वो ज्ञान तेरे किसी काम का नहीं। तू ज्ञानी नहीं, गुरु नानक की नजरों में तू मूर्ख है। प्यार से बोलिए धन गुरु नानक, धन गुरु नानक। कबीर जी कहते हैं, लंकागढ़ सोने का भया, मूरख रावण क्या ले गया। ऐसे बोलिए धन गुरु नानक। विचार करने वाली बात है, रावण को इतनी बाणी कंठ थी एक तरह से, सारे शास्त्र सारे वेद, और मूर्ख कहा है। प्यार से बोलिए धन गुरु नानक। इसका मतलब ये नहीं बाणी कंठ नहीं करनी, बात को गहराई से पकड़ना, क्योंकि लोग ना ऐसे ऐसे सवाल पूछते हैं ऐसा लगता है कि बहुत ही छोटे क्लास में बैठे हैं। प्यार से बोलिए धन गुरु नानक। जो चीज समझाई जा चुकी है फिर उसी का सवाल भी पूछते हैं। प्यार से बोलिए धन गुरु नानक। बाणी कंठ करने की तो ताकीद है, गुरु गोविंद सिंह जी महाराज के 52 वचनों में से एक वचन है, रोज एक शब्द कंठ करना, रोज। प्यार से बोलिए धन गुरु नानक। फिर एक शब्द के अर्थ समझने का प्रयत्न करना हर रोज। प्यार से बोलिए धन गुरु नानक। इसका मतलब ये थोड़ा कि अगर पढ़ने लिखने के बाद अहंकार आ जाएगा तो बच्चों को हम स्कूल नहीं भेजते, भेजते हैं। प्यार से बोलिए धन गुरु नानक। इस उम्मीद से कि इसे नहीं आएगा, सिंपल सी बात है। कल किसी ने बड़ा प्यारा मैसेज किया है, मैसेज में लिखा है, महाराजा रंजीत सिंह जी के टाइम हर स्कूल के बाहर मंदिर मस्जिद गुरुद्वारा होता था। प्यार से बोलिए धन गुरु नानक। और चर्च भी, चारों हर स्कूल के बाहर, कि जैसे ही पहले स्कूल में दाखिल होता था बच्चा, सबसे पहले जिस धर्म का भी है उस स्थान पर जाकर पहले सिमरन करता था। प्यार से बोलिए धन गुरु नानक। पहला लेक्चर, पहले क्लास उसकी वहां होती थी धर्म की, कि अपने धर्म पे कायम रहे। प्यार से बोलिए धन गुरु नानक। उसके बाद फिर स्कूल में एंट्री होती थी, अब पढ़ाई करो, क्योंकि ये पढ़ाई उस पढ़ाई से 1000 गुना ज्यादा जरूरी है, क्योंकि ये पढ़ाई अगर नहीं हुई तो वो पढ़ाई अहंकार पैदा कर देगी। प्यार से बोलिए धन गुरु नानक, धन गुरु नानक। काश आज भी ये हो जाए, जो जिस धर्म का है, आज तो ये दौड़ लगी अपने धर्म में कैसे लाना है, इतना समझ नहीं आता अपना धर्म क्या है। मेरे तो आज तक ये समझ में नहीं आया कि कितने मूर्ख लोग हैं। गुरु मेहर करे, किसी को कहना नहीं चाहिए, पर महामूर्ख हैं जो दूसरे का धर्म परिवर्तन करने में लगे हैं। प्यार से बोलिए धन गुरु नानक। अरे मर जाएगा, समझो तू आज क्रिश्चियन बना रहे, किसी को मर के तू हिंदू के घर में जन्म भी ले सकता है। प्यार से बोलिए धन गुरु नानक। धर्म का क्या मतलब, धर्म तो एक रास्ता है। कई लोग दूसरे धर्म की निंदा ही करते रहते हैं और अपने धर्म को बड़ा बनाने में लगे रहते हैं। वो लोग हैं, ज्ञानी मस्कीन जी कहा करते थे, बाबा नानक सिंह जी कहा करते थे, गुरु पाचा कहते हैं, जो लोग दूसरे के धर्म की निंदा करते हैं या अपने धर्म की बड़ियाई करते हैं दूसरों की निंदा करके, समझो वो नर्सरी में भी नहीं बैठा है, उसे धर्म की ABCD का भी ज्ञान नहीं।
प्यार से बोलिए धन गुरु नानक। जो जिसका धर्म है उस पर कायम रहने की ताकीद है वाणी में, ये गुरबानी की वडियाई है। प्यार से बोलिए धन धन श्री गुरु ग्रंथ साहिब जी, धन धन श्री गुरु ग्रंथ साहिब जी। जो जिस धर्म में है उसी में रहकर उसे शिक्षा दी गई है। यहाँ पर किसी का भी ये नहीं कहा कि तू हिंदू धर्म छोड़ और ये बन जा, तू क्रिश्चियन छोड़ और ये बन जा, तू मुसलमान छोड़ और हिंदू बन जा, किसी से कुछ नहीं कहा। हर एक को उपदेश दिया है जिस धर्म में है उसमें कायम रह। अगर मुसलमान है, पंज निवाजा वक्ते पंज पंजे पंजा नाओ, पहला सच हलाल दोए तीजा खैर खुदाए, चौथे नियस रात मन पंजवा सिफत सुनाए, करनी कलमा आके ता मुसलमान सदा है। प्यार से बोलिए धन गुरु नानक। अगर मुसलमान है तो अपने ये कर्म कर, पांच वक्त की नमाज पढ़, हक हलाल की कमाई का तस्बीह फेर, कलमा पढ़, किसी के साथ धोखा मत कर, फिर तू मुसलमान है। प्यार से बोलिए धन गुरु नानक। सो पंडित जो मन पर बोधा राम नाम आत्म में सोधा, सो पंडित वो है जो राम नाम का रस पिए। प्यार से बोलिए धन गुरु नानक। केवल वेशभूषा से नहीं, तिलक लगाकर नहीं, राम का सिमरन तेरे हृदय में चल रहा है, तू पंडित है। प्यार से बोलिए धन गुरु नानक। सिख गुरु सतगुरु का जो सिख अखाए सो पलके उठ हर नाम ते आवे, उद्यम करे पलके प्रभाती स्नान करे अमृत सर नावे। अगर तू सिख है अमृत वेले उठेगा नाम जपेगा, अगर नहीं जपता तू खुद को कहलवा ले सिख, पर गुरु नानक तुझे अपना सिख नहीं मानेंगे। प्यार से बोलिए धन गुरु नानक। गुरु रामदास जी कह रहे हैं सिख का भाव क्या, जो सीखने के लिए तैयार हो। प्यार से बोलिए धन गुरु नानक। सिख का भाव क्या, जो दूसरों के लिए अपनी जान कुर्बान कर दे, दूसरों का दुख बांटने में आगे आ जाए, वो सिख। प्यार से बोलिए धन गुरु नानक। ये वेशभूषा का नाम नहीं है सिख। गुरु गोविंद सिंह जी कहते हैं सहजदारी भी मेरे सिख है। प्यार से बोलिए धन गुरु नानक। धन गुरु नानक। सिख गुणों का नाम है, वेशभूषा सेकेंडरी है। प्यार से बोलिए धन गुरु नानक। धन गुरु नानक। लंका गढ़ सोने का भया, मूर्ख रावण क्या ले गया। सोने की लंका थी, आज उसे लोग मूर्ख कहते हैं। प्यार से बोलिए धन गुरु नानक। क्यों, ज्ञान का अभिमान। रावण का इतिहास पढ़ेंगे ना सात संगत जी, कुछ बताया नहीं जाता सही तरीके से। रावण को इतना अहंकार हो गया था अपने ज्ञान पर कि साधु महापुरुषों को कुछ समझना बंद कर दिया था उसने। आज तक किसी ने वो नहीं किया जो रावण ने करना शुरू कर दिया था। राजा है, टैक्स लगाता है हर कोई। रावण ने साधुओं की भिक्षा पर टैक्स लगा दिया। प्यार से बोलिए धन गुरु नानक। अब साधु हैं, रमते साधु ऋषि मुनि, जिनका कोई घर नहीं, परिवार नहीं, ना कोई बिजनेस, अब वो कैसे टैक्स दे। तो वो कहता है कि जो भिक्षा मिलती है उसमें से हिस्सा दो। प्यार से बोलिए धन गुरु नानक। ऋषि मुनि भूखे मरने लग गए कि भिक्षा में से, पात्र में से सैनिक टैक्स निकाल के ले जाते टैक्स मांगकर। प्यार से बोलिए धन गुरु नानक। आखिर में ऋषि मुनि ने परेशान होकर क्या किया, सारे ऋषि मुनि इकट्ठे हुए जो कमाई वाले थे, उन्होंने अपने हाथ काटे, खून बहाया, एक घड़ा भर के खून का सबने मिलाकर भेजा कि अब यही बचा है हमारा, ये पी ले। प्यार से बोलिए धन गुरु नानक। नाम जपने वाले कमाई वाले ऋषि महापुरुषों ने तंग आकर एक घड़ा खून का भरकर भेजा रावण को, और रावण ने उसे हंसकर दफना दिया धरती में, और उसी धरती में से, उसी घड़े में से सीता का जन्म हुआ। प्यार से बोलिए धन गुरु नानक। धन गुरु नानक, जो उसकी मौत का कारण बनी।
अहंकार। प्यार से बोलिए धन गुरु नानक। और रावण के बारे में वाणी में क्या बताया है कि क्या था वो और क्या हो गया उसका हाल, क्यों पढ़िया मूर्ख आखिए सहस सियान पा लख होए तक न चले नाल ए मन चंचला चतुराई किने न पाया। प्यार से बोलिए धन गुरु नानक। चाहे तू कितना भी चतुर हो जा, प्रभु को पाना है तो चतुराई ये चाहिए कि अगर चतुराई तुझ में है, ज्ञान है, समझदारी है, तो तेरे मन में ये भाव होना चाहिए, ज्ञान ये है कि उसका दिया हुआ समझदारी है, उसकी दी हुई, मुझ में कुछ नहीं। प्यार से बोलिए धन गुरु नानक। और ये सच है, तीन काल सच है। हम समझते हैं कि अपने मेहनत से हम बने हैं, मेहनत तो मजदूर भी करता है रोड पर, उसे क्या मिलता है। प्यार से बोलिए धन गुरु नानक। मेहनत हमारी नहीं, रहमत तेरी। प्यार से बोलिए धन गुरु नानक। मेहनत करनी है, बशर्ते करनी है, पर उसकी रहमत के बिना मेहनत को फल नहीं लगता। प्यार से बोलिए धन गुरु नानक। धन गुरु नानक। ए मन चंचला चतुराई किने न पाया, 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 चतुराई समुंद सिखाई तेहरावन घर खबर ना पाई। प्यार से बोलिए धन गुरु नानक। धन गुरु नानक। धन गुरु नानक। लंका सा कोट समुंद सिखाई, सोने का महल कहा जाता है इतिहास में, रावण का सोने का महल था, ठोस सोने का। प्यार से बोलिए धन गुरु नानक। सारा शहर ही सोने का था, केवल उसका महल नहीं, पूरी लंका सोने की थी, वाणी कह रही है। प्यार से बोलिए धन गुरु नानक। तह रावण घर खबर न पाई, आज उस घर का पता ही नहीं कहाँ है। प्यार से बोलिए धन गुरु नानक। कबीर जी कह रहे हैं, भगत कबीर जी, के लंका सा कोट समुद्र सिखाई, उसकी रक्षा के लिए समुद्र खाई था कि वहां तक कोई पहुंच नहीं सकता था, इतना ताकतवर कि वो कहीं भी चला जाता था उड़कर, उस तक कोई नहीं पहुंच पाता था। प्यार से बोलिए धन गुरु नानक। इतना ताकतवर, इतना शक्तिशाली, इतना ज्ञानवान,
इतना सूझवान, पर उसे क्या कहा गया है? मूर्ख। प्यार से बोलिए धन गुरु नानक। ज्ञान का अहंकार आगे। क्या मांगो किछ थिर ना रहाई, देखत नैन चले ओ जग जाई। प्यार से बोलिए धन गुरु नानक। धन गुरु नानक। कबीर जी कहते हैं रावण के देखकर, उसका इतिहास पढ़कर मुझे एक बात का ज्ञान हो गया कि मैं क्या मांगू प्रभु से। प्यार से बोलिए धन गुरु नानक। अगर रावण की लंका नहीं रही सोने की, इतने ताकतवर इंसान का घर का आज पता नहीं कहाँ है, हमारा क्या पता। प्यार से बोलिए धन गुरु नानक। हम किस बात का अहंकार करें कि हम बहुत धनवान बन जाएंगे तो दुनिया याद रखेगी। अगर नेक काम नहीं किया तो दुनिया हमें भी मूर्ख ही कहेगी। प्यार से बोलिए धन गुरु नानक। असल में तो हम है ही मूर्ख, दुनिया कहती है पीठ पीछे करो, मूर्ख ही कहती है। प्यार से बोलिए धन गुरु नानक। देखत नैन चलो तो जग जाइए। अपनी आंखों से देख रहा हूँ, एक के बाद एक उठ के जा रहे हैं, रोज देखते हैं हम, रोज देखते हैं अर्थियां जाती हैं, शमशान घाट में जगह नहीं होती। प्यार से बोलिए धन गुरु नानक। जला कर आते हैं और मन में सोचते मैं अभी नहीं मरूंगा। प्यार से बोलिए धन गुरु नानक। मुझे अभी टाइम है, गारंटी कार्ड लेकर बैठे हैं ना, एक्सपायरी अभी नहीं हुई है। प्यार से बोलिए धन गुरु नानक। आगे। एक लख पूत सवा लख नाती, तेरा वन खद दिया से बोलिए धन गुरु नानक। एक लाख पूत सवा लाख नाती, बाणी कह रही है। प्यार से बोलिए धन गुरु नानक। रावण का इतना बड़ा परिवार था, यहाँ पर लिखा है बसंतर उसके कपड़े धोता था। बसंतर समझते हो, आग, आग देवता, अग्नि देवता को बस में करके रखा था उसने, जीत कर रखा था, सूरज और चंद्रमा को बांध के रखा था, ये इतिहास है। प्यार से बोलिए धन गुरु नानक, इतना ताकतवर था। आगे लिखते हैं, श्रवण कीजिए। एक लख पूत सवा लख नाती, तेरा वन कर दिया ना बाती, चांद सूरज जाके तप तिर सोई, बैसंत जाके कपरे धोई। से बोलिए धन गुरु नानक। एक लख पूत सवा लख नाती, इतना बड़ा परिवार, चांद सूरज जाके तपत रसोई, रसोई थे उसके। प्यार से बोलिए धन गुरु नानक। उसने अपने काल को भी जीत रखा था, पता है ये बात, अपने काल को। अगर आप जब भी रावण का कहीं पर इतिहास पढ़ो या कोई फोटो देखो या सीरियल देखो आप रामायण, तो जब रावण सिंहासन में बैठा उसके नीचे एक आदमी लेटा तो जिसके ऊपर उसका पांव होता है। प्यार से बोलिए धन गुरु नानक। वो इतिहास है, उसने अपने काल को जीत लिया था। काल तो उसकी मौत है, अपनी मौत को जीत कर अपने सिंहासन के पाए के साथ बांध के रखा था और उसके ऊपर पांव रखा हुआ था, और ये रोज सोचता था कल मारूंगा इसे। प्यार से बोलिए धन गुरु नानक। इसीलिए कहावत बनी हुई है, जब अंतिम समय आया रावण का तो राम जी ने लक्ष्मण से कहा जाके कोई महाज्ञानी है ये, इसे कोई शिक्षा ले ले। प्यार से बोलिए धन गुरु नानक। लक्ष्मण गया, लक्ष्मण जी गए और रावण के सर की तरफ खड़े होकर कहने लगे कोई शिक्षा दो। रावण चुप रहा, कोई जवाब नहीं दिया। लक्ष्मण वापिस आ गया, राम जी से कहता है कि अभी भी अहंकार भरा पड़ा है, शिक्षा मांग रहा हूँ दे नहीं रहा। प्यार से बोलिए धन गुरु नानक।
राम जी कहते हैं नहीं, अहंकार नहीं है उसका। अगर तुझे ज्ञान लेना है उससे तो चरणों की तरफ खड़ा हो, सर की तरफ नहीं। प्यार से बोलिए धन गुरु नानक। लक्ष्मण जी फिर गए चरणों की तरफ खड़े होकर बेनती की कि अंतिम समय आपका, कोई ज्ञान दे दो, अपने जीवन का सार दे दो। कहने लगे ज्ञान है, कल करे सो आज कर, आज करे सो अब। प्यार से बोलिए धन गुरु नानक। हमें ये बड़ी छोटी बात लगती है पर बड़ी कीमती है। रावण का ज्ञान है, सार है जीवन का, कि अगर सोचा है कोई नेक काम करना तो आज कर ले, कल पे मत टाल, कल किसने देखा। प्यार से बोलिए धन गुरु नानक। मैंने अपने काल को पाए के साथ बांध के रखा कि कल मारूंगा, रोज सोचता था कल मारूंगा, आज छोड़ देता हूँ, अगर मार देता तो आज मेरी मौत ही ना होती। प्यार से बोलिए धन गुरु नानक। चांद सूरज जाके तपत रसोई, बैसंतर जाके कपड़े धोई। हमेशा बड़े बड़े बर्तनों में कपड़े धोए जाते थे गर्म पानी में, आग जलती रहती थी हमेशा 24 घंटे पूरा साल। इतना बड़ा परिवार था रावण का। प्यार से बोलिए धन गुरु नानक। आगे गुरमत रामे नाम बसाई, अस्थिर कबीर जी निष्कर्ष दे रहे हैं। कैसे ऐसे रावण जिसके पास इतना बड़े परिवार, इतना बड़ा महल, इतना सब कुछ, इतनी शक्तियां होने के बाद आज उसका पता नहीं, उसे घर का पता नहीं, उसे घर में कोई दिया जलाने वाला नहीं। प्यार से बोलिए धन गुरु नानक। खानदान का वारिस कोई नहीं, कोई है ही नहीं दूर दूर तक। गुरमत रामे नाम बसाई, कबीर जी कहते हैं उसका पता नहीं, पर अगर जो नाम हृदय में बसा लेगा, कोई जो अपने हृदय में नाम बसा लेगा, जिसके हृदय में परमेश्वर का नाम सिमरन चलता रहेगा, वो हमेशा के लिए जीवित रहेगा। प्यार से बोलिए धन गुरु नानक। वो नहीं मरेगा, अस्थिर रहे न कत हो जाई। प्यार से बोलिए धन गुरु नानक। इसका भाव पता है, नहीं मरेगा। यहाँ पर शारीरिक मौत की बात नहीं हो रही, वो तो चाहे अवतार हो या फकीर, चोर हो या साधु, शारीरिक मौत तो सबकी होनी है। यहाँ पर बात है मन की मौत। प्यार से बोलिए धन गुरु नानक। आत्मा जब परमात्मा में लीन हो गई फिर तो अमर हो गई। प्यार से बोलिए धन गुरु नानक। फिर उसकी मौत कभी नहीं, ना जन्म ना मृत्यु उससे परे। प्यार से बोलिए धन गुरु नानक। आगे कहते कबीर सुनो रे बोलिए धन गुरु नानक। कहत कबीर सुनो रे लोई, राम नाम बिन मुक्त न होए। ज्ञानियों ने यहाँ पर दो अर्थ किए। कहत कबीर सुनो रे लोई, लोई कबीर जी की घरवाली का नाम भी था, और कहीं कहीं पर कबीर जी ने लोई पूरे लुकाई को भी, लुकाई की तरफ इशारा करके भी कहा है। प्यार से बोलिए धन गुरु नानक। सारी दुनिया को उपदेश दिया है। कहत कबीर सुनो रे लोई, राम नाम बिन मुक्त न होए। प्यार से बोलिए धन गुरु नानक। सौ बातों की एक बात, नाम। और नाम जप जप के, जप जप के, जप जप के भी अरदास। प्यार से बोलिए धन गुरु नानक। बादशाह मैं कुछ नहीं, मैं कुछ नहीं, जब तक ये मैं है ना,
तब तक सारी मुसीबत है। प्यार से बोलिए धन गुरु नानक। हम प्रभु से बिछड़े हुए हैं, इसके पीछे कारण ही एक है कि हमारे में अहंकार है। कोई ये कहे कि मुझ में अहंकार नहीं, ये सबसे बड़ा दुनिया का झूठ है। हम सब बैठे, हम सब में अहंकार है, किसी में थोड़ा किसी में ज्यादा, जितना बड़ा गुण उतना बड़ा अहंकार। ही दिखावा ना करता हो पर अंदर होता है। प्यार से बोलिए धन गुरु नानक। अगर अहंकार ना हो तो हम तो प्राप्ति हो चुकी होती अब तक। हमारी प्राप्ति में रुकावट है अहंकार। ये जितने भी हम काम कर रहे हैं, अमृत वेले उठना, नाम जपना, इसका कारण क्या है? अहंकार खत्म हो जाए बस। प्यार से बोलिए धन गुरु नानक। और आखिर में खत्म होता है गुरु प्रसाद वर्तता है। तो अहंकार खत्म करने के तीन तरीके हैं, वाणी में लिखे हैं, नाम जप ले, संगत में बैठ के नाम जप ले, और साधु की संगत कर ले, और कोई तरीका ही नहीं है। प्यार से बोलिए धन गुरु नानक। और फिर गुरु प्रसाद वर्तता है, संगत में बैठ के जब कोई नाम जपता है गुरु प्रसाद वर्तता है। एक दिन प्यार से बोलिए धन गुरु नानक। साधु की संगत करता है, उनकी संगत में बैठ के नाम जपता है, गुरु प्रसाद जल्दी वर्तता है। प्यार से बोलिए धन गुरु नानक। सत्संगत तो सत्संगत है ही, बढ़िया ही है उसकी, विद संगत हर प्रभस्या जियो। पर जहाँ पे साधु भी साथ में आके बैठ जाए, वो साधु भी हो पूर्ण और संगत भी हो, बाबा नंद सिंह जी कहते थे ऐसी संगत तो कर्मों से मिलती है। प्यार से बोलिए धन गुरु नानक, धन गुरु नानक। और आखिर में काम एक ही चीज आती है, अपना जपा हुआ नाम भी जप जप के जब इंसान थक जाता है ना, तब ये बेनती करता है, जी मैं तेरा, जी मैं तेरा, तेरा तेरा सच्चे पातशाह, रख ले गरीब जान के। रख ले गरीब जान के, तेरा 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 सच्चे बादशाह, रख ले गरीब जान के, रख ले गरीब जान के, रख ले निमाना जान। रख ले गरीब जान के, रख ले निमाना जान के, रख ले गरीब जान के, रख ले निमाना जान के। वाहिगुरु तेरा, गुरु नानक तेरा, ओ जी मैं तेरा, तेरा तेरा सच्चा पातशाह, रख ले गरीब जान के, तेरा 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 सच्चे पातशाह, रख ले गरीब जान के। रख लो बाबा जी गरीब जान के, रख लो बाबा जी गरीब जान के, रख लो बाबा जी निमाना जान के, रख लो बाबा जी निमाना जान के, रख लो बाबा जी निमाना जान के,
चतुराई किने न पाया, चतुराई भाई साहब भाई गुरदास जी अपनी वारों में समझा रहे हैं कि किस बात का बड़ा है तू, प्यार से बोलिए धन गुरु नानक, किस बात का अहंकार करता है अपने बड़े होने का, बड़े होने से क्या हो जाता है, प्यार से बोलिए धन गुरु नानक। भाई साहब भाई गुरदास जी के हमेशा किसी बात को समझाने का एक निराला ही ढंग होता था, वो उदाहरण दे रहे हैं इन वस्तुओं का, श्रवण कीजिए। जैसे माला मेर पोयत सब ऊपर के, सिमरन संख्या में ना आवत बढ़ाई के, जैसे बिरखन बिखे पेखिए से बल ऊंचो, नेह फल पयो सो अत अधिकाए के। यहां से बोलिए धन गुरु नानक। भाई साहब भाई गुरदास जी कहते हैं माला है किसी के हाथ में, माला है किसी के हाथ में, देना किसके पास है, मेरी माला थोड़ी अजीब है इसलिए ये नहीं दिखा रहा, वो बड़ी वाली दे दो। भाई साहब भाई गुरदास जी माला का उदाहरण दे रहे हैं, ये माला देख रहे हैं आपने, सबने देखी होगी, कह रहे जैसे माला मेर पोयत सब ऊपर के, सिमरन संख्या में ना आवत बढ़ाई के, कि ये जो ऊपर का मनका है ना ये सबसे ऊपर होता है, एक मनका, बाकी सारे मोती नीचे हैं, एक मोती ऊपर है, कहते हैं सबसे ऊपर गिना जाता है सबसे बड़ा, पर ये गिनती में आता ही नहीं। प्यार से बोलिए धन गुरु नानक, पर गिनती में नहीं आता ये, जब हम नाम जपते हैं 108 में नहीं आता, ये अलग होता है, 108 ये मोती होते हैं, ये अलग होता है, ये सबसे बड़ा गिना जाता है सबसे ऊपर है, पर कहने लगे क्या लाभ तेरा, तो नाम जपने का तो काम ही नहीं आता। प्यार से बोलिए धन गुरु नानक। भाई साहब गुरदास जी माला का उदाहरण दे रहे हैं कि तू बड़ा है, बड़ा होने से कुछ नहीं हो जाता। प्यार से बोलिए धन गुरु नानक। यहाँ पर सब उल्टा है, गुरु नानक के घर में ना जो बड़ा है वो पीछे है, जो छोटा है वो आगे है। प्यार से बोलिए धन गुरु नानक। सवाल पूछा कि प्रभु को कैसे पाए, तो जवाब दिया वाणी में, मन जो अपने प्रभु भावों, क्या करूं मैं कि प्रभु को अच्छा लगने लग जाऊं, गुरु नानक को मैं अच्छा लगूं, तो क्या जवाब दिया है, कमाल है।
विनम्रता की हद है। कहते हैं नीचो नीच, नीच अत नाना। जो नीच होते हैं उनके, जो नीचे नीच होते हैं उनके नीचे जो सेवादार होते हैं। प्यार से बोलिए धन गुरु नानक। एक नीच, हम जिस आदमी को नीच कहें ये बहुत ही बुरा और गंदा है। उसके जो नीच, उसकी नजरों में जो नीच हो, उसकी नजरों में जो नीच हो, उसका कोई सेवादार हो, वो बन जा तो गुरु नानक को भाएगा। प्यार से बोलिए धन गुरु नानक। नीचो नीच, नीच अत नाना होए, गरीब बुलाऊं अपने आप को इतना बुरा बुलवा, गुरु नानक को भा जाएगा। प्यार से बोलिए धन गुरु नानक। गुरु नानक किसी सेठ को तारने नहीं गए, गुरु नानक किसी राजा को तारने नहीं गए, गुरु नानक तारने किसे गए? मलक भागो। प्यार से बोलिए धन गुरु नानक। तारने किसे गए? सज्जन ठग, जो लोगों के कत्ल कर रहा है, भूमिया चोर। इसका मतलब ये नहीं बुरे काम करने शुरू कर देना। प्यार से बोलिए धन गुरु नानक। कल सब चोरी करना शुरू कर दें, बात को थोड़ा पकड़ना गहराई से। कहने का भाव, चाहे कहीं भी मन की अवस्था हो, बाबा नंद सिंह जी ये वचन करते थे, तेरी मन की अवस्था बहुत ऊंची है, दिख रहा है कि कृपा हो रही है, पर तू एक ही अरदास कर कि पाछा बख्श ले। प्यार से बोलिए धन गुरु नानक। पर भीतर से, दिखाने के लिए नहीं, तेरे भीतर से यही निकले कि मैं कुछ नहीं हूँ, बख्शाता कौन है जो पापी है? और हमें तो लगता है हमने पापी को ही नहीं किया, बख्शाएं क्यों? प्यार से बोलिए धन गुरु नानक। यहाँ पर गुरु अर्जन देव जी बाणी पढ़कर अपने पर लेकर समझा रहे हैं कि बख्शा रहा हूं मैं गुरु से कि मुझे बख्श दे। जेता समुद्र सागर नीर भरिया, तेते औगण मारे, दया करो कुछ मेरु पाओ, डूबदे पत्थर तारे। गुरु अपने आप को बख्शा रहे कि मेरे इतने गुनाह है जितना समुद्र में पानी, मुझे बख्श दे। हम कहते हैं हमने कोई पापी नहीं किया। भाव गुरु अर्जन देव जी महाराज की अवस्था क्या है मन की? निरंकार है, पर मन को कहां रखा है कि मैं पापी हूं। प्यार से बोलिए धन गुरु नानक। चाहे बड़ी से बड़ा औदा मिल जाए, बड़ी से बड़ी पोजीशन मिल जाए, बड़े से बड़े धनवान बन जाओ, मन पाछा बख्श ले। प्यार से बोलिए धन गुरु नानक। धन गुरु नानक। जैसे माला मेर पोयत सब ऊपर के, सिमरन संख्या में ना आवत बढ़ाई के, जैसे बिरखन बिखे पेखिए सेबल ऊंचो। सब दरख्तों में से, सब पेड़ों में से सबसे ऊंचा दरख्त गिना जाता है सिंबल का दरख्त। प्यार से बोलिए धन गुरु नानक। सिंबल रुख सरायरा अति दीर्घ अति मूछ, बाणी में आते ना बहुत बार सिंबल दरख्त की बात आई है, सबसे ऊंचा पेड़ होता है। पर कहते हैं भाई गुरुदास जी, क्या लाभ तेरे ऊंचे होने का, फल तो तुझ में लगता कोई नहीं। प्यार से बोलिए धन गुरु नानक। किसी का पेट तू भर नहीं सकता, छांव तुझ में होते नहीं, बस ऊंचा है। प्यार से बोलिए धन गुरु नानक। अगर तू ऊंचा है, तुझसे दुनिया को लाभ हो तो तू ऊंचा है, जब तेरा कोई लाभ ही नहीं तो किस बात का ऊंचा। प्यार से बोलिए धन गुरु नानक। जैसे चील पंछियन में उड़त आकाश चारी, हेरे मृत पिंजरन ऊंचे मत पाई के। चील सब पक्षियों में सबसे बड़ी गिनी जाती है। प्यार से बोलिए धन गुरु नानक। सबसे ऊंचाई में उड़ती है वो, इसीलिए बड़ी गिनी जाती है क्योंकि ऊंची उड़ती है। सबसे ऊंचाई में उड़ने वाला पक्षी है चील, और उसकी नजर कहाँ रहती है? कोई मुर्दा मिल जाए। प्यार से बोलिए धन गुरु नानक। कोई मुर्दा लाश, कोई मरा हुआ जानवर, कोई कीड़े मकौड़े, अगर तेरी सोच ये है ऊंचा होने के बावजूद, तेरी सोच गिरी हुई है, किस बात का तू बड़ा। प्यार से बोलिए धन गुरु नानक। फिर कल की पंक्तियां जो गुरु गोविंद सिंह जी महाराज ने पढ़ के सुनाई थी संगत को, गाय बो बजाए बो सुनाए बो ना कछ, तैसे गुरु उपदेश बिना त्रिग चतुराई के। प्यार से बोलिए धन गुरु नानक। तू गा रहा है, बजा रहा है, किस बार का बड़ा कीर्तनिया तू, किस बात का बड़ा गायक तू, किस बात के लोग तेरी वाह वाह करें अगर तेरे मन में कपट है। प्यार से बोलिए धन गुरु नानक। लोगों को खुश कर लेगा तू गुरु नानक। ए मन चंचला
चतुराई किने न पाया। पातशाही दसवीं कवियो वाच बेनती चौपाई हमरी करो हाथ दे रचा। पूरन होए चित के इच्छा तब चरणन मन रहे हमारा। अपना जान करो प्रत पारा हमरे दुष्ट सब है तुम कावो। आप हाथ दे मोए बचावो सुखी बसे मोरो परवारा। सेवक सिख सब है कर तारा मोर अच्छा निज कर दे करिए। सब बैरन को आज संगरिए पूरन होए हमारी आशा। और भजन के रहे प्यासा तुम्हें छाड़ कोई और ना जाओ। जो पर चाओ सो तुम ते पाओ सेवक सिख हमारे तारिए। चुन सत्र हमारे मारिए आप हाथ दे मुझे उभरिए। अर्ध काल का त्रास नवरिए पूजो सदा हमारे पछा। यस तुझ जो करियो रचा राख ले मुझे राखण हारे। साहिब संत साहिब प्यारे दीन बांधु दुष्टन के हंदा। हो पुरी ततर दस कंता काल पाए ब्रह्मा बप तरा। काल पाए सब जो अवतरा काल पाए कर विष्ण प्रगासा। सकल काल का किया तमासा जवन काल जोगी शिव कियो। वेद राज ब्रह्मा जो थियो जवन काल सब लोक सवारा। नमस्कार है ताए हमारा जवन काल सब जगत बनायो। देव दैत जग छन उपजायो आद अंत के अवतारा। सोई गुरु समझो हमारा नमस्कार तिस ही को हमारी। सकल प्रजा जिन आप सवार सेवकन को शिव गुण सुख दियो। सतरन को पल मोहबत कियो कट कट के अंतर की जानत। भले बुरे की पीर पछानत चीटी ते कुंजर अस्तोला। सब पर कृपा दृष्ट कर भूला संत
ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਇੱਕ ਇੱਕ ਕੀ ਪੀਰ ਪਛਾਣੈ, ਕੱਟ ਕੱਟ ਕੇ ਪਟ ਪਟ ਕੇ ਜਾਣੈ, ਜਬ ਉਦਕਰਖ ਕਰਾ ਕਰ ਤਾਰਾ, ਪ੍ਰਜਾ ਤਰਤ ਤਬ ਦੇ ਅਪਾਰਾ, ਜਬ ਅਕਰਖ ਕਰ ਤੂੰ ਕਬ ਜੇਤੇ ਬਦਨ ਸ੍ਰੇਸ਼ ਸਭ ਧਾਰੈ, ਆਪ ਆਪਣੇ ਬੋਝ ਉਤਾਰ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਭੇਦ ਭੇਦ ਅਰਿਆਲਮ, ਨਿਰੰਕਾਰ ਨਿਰਵਕਾਰ ਨਿਰਲੰਬ, ਆਦ ਅਨਿਲ ਅਨਾਦ ਅਸੰਭ, ਤਾਂ ਕਾ ਮੂੜ ਉਚਾਰ ਤੁਭੇਦਾ, ਜਾਂ ਕੋ ਪੇਵ ਨਾ ਪਾਪ ਤੁਭੇਦਾ, ਤਾਂ ਕੋ ਕਰਪਾਨ ਅਨਮਾਨਦ, ਮਹਾ ਮੂੜ ਕਛ ਭੇਦ ਨ ਜਾਣ, ਮਹਾਨ ਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੇਨਤ ਨੈ ਪੈਵ, ਆਪ ਆਪਣੀ ਬੁਧ ਹੈ ਜੇਤੀ, ਅਗਤ ਭਿੰਨ ਭਿੰਨ ਤੋਇ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕੈ ਕੁਝ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਅਨੰਤ ਭਇਓ ਰਾਵ ਕੈ ਭੋਪਾ, ਅੰਡਜ ਜੇਰਜ ਸੇਤਜ ਕੀਨੀ, ਕੁਝ ਖਾਨ ਬਹੁ ਰਚ ਦੇ, ਕਹੂੰ ਕੁਲ ਰਾਜਾ ਹਵ ਬੈਠਾ, ਸਮਟ ਪਿਓ ਸੰਤਰਿ ਬੈਠਾ, ਸਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦਿ ਜੁਗ ਆਦਿ ਸਰੂਪ ਸੇ ਅੰਭਵ, ਅਵਰ ਇੱਛਾ ਮੇਰੀ ਤੁਮ ਕਰੋ, ਸੇਵ ਵਾਰਿ ਅਸਿਕ ਸੰਗ ਕਰੋ, ਦੁਸ਼ਟ ਜਿਤੇ ਉਠਵਤੇ ਉਤਪਾਤਾ, ਸਗਲ ਮਲੇਸ਼ ਕਰੋ ਰਣ ਕਾਤਾ, ਜੇ ਅਸ ਤੁਜ ਤਵ ਸਰਣੀ ਪਰੈ, ਕਹਿ ਦੁਸ਼ਟ ਦੁਖਤ ਹਵ ਮਰੈ, ਉਰਖ ਜਵਨ ਪਗ ਪਰੇ ਤਿਹਾਰੇ, ਜਿਨਕੇ ਤੁਮ ਸੰਕਟ ਸਭ ਤਾਰੇ, ਜੋ ਕਲ ਕੋ ਇਕ ਬਾਰ ਤਿਆ ਹੈ, ਆਕੇ ਕਾਲ ਨਿਕਟ ਨੇ ਐ ਹੈ, ਰੱਛਾ ਹੋਏ ਤਾਏ ਸਭ ਕਾਲਾ, ਦੁਸ਼ਟ ਅਰਿਸ਼ਟ ਕਰੇ ਤਤ ਕਾਲਾ, ਕਿਰਪਾ ਦ੍ਰਿਸ਼ਟ ਸੰਜਾਏ ਨਿਹਰੋ, ਆਕੇ ਤਾਪ ਤਨਕ ਮੋ ਹਰੋ, ਔਰੇ ਤੁਸੀਂ ਕਰਮ ਸਭ ਹੋਈ, ਦੁਸ਼ਟ ਛਾ ਛੈ ਸਕੇ ਨ ਕੋਈ, ਇੱਕ ਵਾਰ ਜਿਨ ਤੁਮੇ ਸੰਭਾਰਾ, ਕਾਲ ਪਾਸ ਤੇ ਤਾਏ ਜਿਨ ਨਰ ਨਾਮ ਤੇ ਹਾਰੋ ਕਹਾ, ਦੁਸ਼ਟ ਲੋਕ ਤੇ ਰਹਾ, ਖੜਗ ਕੀਤ ਮੈਂ ਸਰਨ ਤਿਹਾਰੀ, ਆਪ ਹੱਥ ਦੇ ਲਿਓ ਬਾਰੀ, ਸਰਬ ਡੋਰ ਮੋ ਸਹਾਈ, ਦੁਸ਼ਟ ਲੋਕ ਤੇ ਲਿਓ ਬਚਾਈ, ਖੜਗ ਕੀਤ ਮੈਂ ਸਰਨ ਤਿਹਾਰੀ, ਆਪ ਹੱਥ ਦੇ ਲਿਓ ਬਾਰੀ, ਸਰਬ ਡੋਰ ਮੋ ਸਹਾਈ, ਦੁਸ਼ਟ ਦੁੱਖ ਤੇ ਲਿਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਕਿਉਂ ਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇ ਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸਤਿਗੁਰੂ ਮੈਂ ਪਾਇਆ, ਮਨ ਮੇਰਿਆ ਤੂੰ ਸਦਾਰੋ ਹਰ ਨਾਲੇ, ਹਰ ਨਾਲ ਰੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਾਹਿਬਾ ਕਿਆ ਨਹੀਂ ਕਰ ਤੇਰੇ ਘਰ ਤਾਂ ਤੇ
ਤੇਰੇ ਸਭ ਕੁਝ ਹੈ ਜਿਵੇਂ ਸੋ ਪਾਵੇ ਸੱਚੇ ਸਹਿਬ ਕਿਆ ਨਾਈ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਣ ਆਈਆਂ ਕਰਸਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁੱਜ ਆਈਆਂ ਸਾਚਾ ਨਾਮ ਮੇਰਾ ਆਧਾਰ ਘਰ ਸਵਾਗੇ ਘਰ ਸਵਾਗੇ ਸਬਦ ਵਾਜੇ ਕੱਲਾ ਜ ਕਰਤਾਰੀਆਂ ਪੰਜ ਭੂਤ ਵਸ ਕੀਤੇ ਕਾਲ ਕੰਟ ਕੁਮਾਰਿਆ ਮਨ ਸੁਨੋ ਵੜ ਬਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਸੂਰੇ ਕਹਤੇ ਪਵਿੱਤ ਸਤਿਗੁਰ ਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਧੂਰੇ ਸਲੋਕ ਪਾਉਣ ਗੁਰੂ ਪਾਣੀ ਪਿਤਾ ਚੰਗਿਆਈਆਂ ਬੁਰਿਆਂ ਆਈਆਂ ਵਾਚੇ ਧਰਮ ਹਜ਼ੂਰ ਕਰਮੀ ਆਪੋ ਆਪਣੇ ਜਿਨੀ ਨਾਮ ਧਿਆਇਆ ਜਿਨੀ ਵਾਹਿਗੁਰੂ 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 ਸ਼ਕਤ ਕਾਲ ਨਾਨਕ ਤੇ ਮੁਖਿਓ ਛੋਟੇ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਾ ਸ਼ਿਵਾਏ ਸ਼ਿਵ ਜੀ ਸਦਾ ਸਹਾਏ
ਓਮ ਨਮਃ ਸ਼ਿਵਾਏ ਗੁਰੂ ਜੀ ਸਦਾ ਸਹਾਇ ਅਸੀਂ ਰੋਜ਼ਾਨਾ ਕਰਦੇ ਹਾਂ ਬਸ ਇੱਕੋ ਕੰਮ ਹੈ ਜਿਹੜਾ ਅਸੀਂ ਰੋਜ਼ਾਨਾ ਕਰਦੇ ਹਾਂ ਤੇਰਾ ਉੱਠਦੇ ਬਹਿੰਦੇ ਹਰ ਵੇਲੇ ਸ਼ੁਕਰਾਨਾ ਕਰਦੇ ਹਾਂ ਤੇਰਾ ਉੱਠਦੇ ਬਹਿੰਦੇ ਹਰ ਵੇਲੇ ਸ਼ੁਕਰਾਨਾ ਕਰਦੇ ਹਾਂ ਸ਼ੁਕਰਾਨਾ ਕਰਦੇ ਹਾਂ ਸ਼ੁਕਰਾਨਾ ਕਰਦੇ ਹਾਂ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸਾਡੀ ਜ਼ਿੰਦਗੀ ਦਾ ਤੁਸੀਂ ਓ ਖਜ਼ਾਨਾ ਗੁਰੂ ਜੀ ਸਾਡੀ ਜ਼ਿੰਦਗੀ ਦਾ ਤੁਸੀਂ ਓ ਖਜ਼ਾਨਾ ਗੁਰੂ ਜੀ ਆਪਣੇ ਸਾਹਾਂ ਦਾ ਨਾ ਤੁਹਾਡੇ ਨਜ਼ਰਾਨਾ ਕਰਦੇ ਹਾਂ ਆਪਣੇ ਸਾਹਾਂ ਦਾ ਨਾ ਤੁਹਾਡੇ ਨਜ਼ਰਾਨਾ ਕਰਦੇ ਹਾਂ ਤੇਰਾ ਉੱਠਦੇ ਬਹਿੰਦੇ ਹਰ ਵੇਲੇ ਸ਼ੁਕਰਾਨਾ ਕਰਦੇ ਹਾਂ ਇੱਕੋ ਕੰਮ ਹੈ ਜਿਹੜਾ ਅਸੀਂ ਰੋਜ਼ਾਨਾ ਕਰਦੇ ਹਾਂ ਬਸ ਇੱਕੋ ਕੰਮ ਹੈ ਜਿਹੜਾ ਅਸੀਂ ਰੋਜ਼ਾਨਾ ਕਰਦੇ ਹਾਂ ਤੇਰਾ ਉੱਠਦੇ ਬਹਿੰਦੇ ਹਰ ਵੇਲੇ ਸ਼ੁਕਰਾਨਾ ਕਰਦੇ ਹਾਂ ਤੇਰਾ ਉੱਠਦੇ ਬਹਿੰਦੇ ਹਰ ਵੇਲੇ ਸ਼ੁਕਰਾਨਾ ਕਰਦੇ ਹਾਂ ਸ਼ੁਕਰਾਨਾ ਕਰਦੇ ਹਾਂ ਸ਼ੁਕਰਾਨਾ ਕਰਦੇ ਹਾਂ जय गुरु जी की। अब हम मंत्र जाप करेंगे। ਸ਼ਿਵਾ
सदा जय गुरु जी की।